ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਬਣੀ ਫਿਲਮ ਨਾਨਕ ਸ਼ਾਹ ਫਕੀਰ ਵਾਲੇ ਵਿਵਾਦ ਦੀ ਅੱਗ ਹਾਲੇ ਠੰਡੀ ਵੀ ਨਹੀਂ ਹੋਈ ਸੀ ਕਿ ਦਾਸਤਾਨ ਏ ਮੀਰੀ ਪੀਰੀ ਨਾਮੀ ਇੱਕ ਨਵੀਂ ਫਿਲਮ ਹੁਣ ਸਿਲਵਰ ਸਕਰੀਨ 'ਤੇ ਦਸਤਕ ਦੇਣ ਜਾ ਰਹੀ ਹੈ, ਜਿਸ 'ਤੇ ਸਿੱਖ ਬੁੱਧੀਜੀਵੀਆਂ ਵੱਲੋਂ ਗੁਰੂ ਕਾਲ ਦੇ ਕਾਰਟੂਨੀਕਰਨ ਕਰਨ ਦੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਨੇ। ਇਸ ਐਨੀਮੇਟਡ ਫਿਲਮ ਦਾਸਤਾਨ ਏ ਮੀਰੀ ਪੀਰੀ ਵਿੱਚ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਗੁਰੂ ਸਾਹਿਬ ਸ੍ਰੀ ਹਰਗੋਬਿੰਦ ਜੀ ਦੇ ਜੀਵਨ ਨੂੰ ਐਨੀਮੇਟਡ ਤਕਨੀਕ ਨਾਲ ਫਿਲਮਾਇਆ ਗਿਆ ਹੈ ਅਤੇ ਇਸ ਫਿਲਮਾਂਕਣ ਜ਼ਰੀਏ ਨਾਨਕ ਸ਼ਾਹ ਫਕੀਰ ਵਾਲੇ ਅਧੂਰੇ ਅਧਿਆਇ ਨੂੰ ਮੁਕੰਮਲ ਕਰਨ ਦੇ ਇਲਜ਼ਾਮ ਲਗਾਉਂਦਿਆਂ ਕੁਝ ਵੱਡੇ ਸਵਾਲ ਉੱਗੇ ਸਿੱਖ ਵਿਦਵਾਨ ਭਾਈ ਹਰਜਿੰਦਰ ਸਿੰਘ ਸਬਰਾ ਵੱਲੋਂ ਚੁੱਕੇ ਗਏ ਹਨ। ਇੱਕ ਫੇਸਬੁੱਕ ਪੋਸਟ ਜ਼ਰੀਏ ਉਹਨਾਂ ਨੇ ਇਸ ਨੂੰ ਕਾਰਟੂਨ ਕੋਨੇ ਵਾਲਿਆਂ ਦੀ ਆਮਦ ਟ੍ਰੇਲਰ ਤੋਂ ਬਾਅਦ ਦਾ ਸਿਰਲੇਖ ਦੇ ਕੇ ਭਾਈ ਸਬਰਾ ਨੇ ਸਿੱਖਾਂ ਦੀਆਂ ਨੁਮਾਇੰਦਾ ਸੰਸਥਾਵਾਂ ਅਤੇ ਤਖ਼ਤਾਂ ਦੇ ਜਥੇਦਾਰਾਂ ਦੀ ਚੁੱਪ ਉੱਪਰ ਕੁਝ ਵੱਡੇ ਸਵਾਲ ਖੜ੍ਹੇ ਕੀਤੇ ਨੇ ਅਤੇ ਇਸ ਦੀ ਸੰਜੀਦਗੀ ਨੂੰ ਭਾਪਦਿਆਂ ਭਾਈ ਸਬਰਾ ਨੇ ਲਿਖਿਆ ਕਿ ਜੋ ਕੁਝ ਘੱਟ ਵਾਪਰ ਰਿਹਾ ਹੈ ਇਸ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਤਬਕਾ ਖੁਦ ਰਾਮਲੀਲਾ ਅਤੇ ਰਾਜਧਾਰੀਆਂ ਵਾਂਗ ਜਾਂ ਪਿੰਡਾਂ ਸ਼ਹਿਰਾਂ ਵਿੱਚ ਵਿਚਰਦੇ ਬਹਰੂਪੀਆਂ ਵਾਂਗ ਗੁਰੂ ਸਾਹਿਬ ਦੇ ਰੋਲ ਨਿਭਾਉਣ ਲਈ ਨੁੱਕੜ ਨਾਟਕ ਕਰਿਆ ਕਰੇਗਾ। ਉਹਨਾਂ ਦਾ ਕਹਿਣਾ ਹੈ ਕਿ ਗੱਲ ਤਸਵੀਰ ਮੂਰਤੀ ਤੋਂ ਬਾਅਦ ਕਾਰਟੂਨਾਂ ਤੱਕ ਪਹੁੰਚ ਚੁੱਕੀ ਹੈ। ਉਹਨਾਂ ਨੇ ਇਸ ਫਿਲਮ ਪਿੱਛੇ ਕੁਝ ਪੰਥਕ ਆਗੂਆਂ ਦੀ ਸਰਪ੍ਰਸਤੀ ਹੋਣ ਦੇ ਇਲਜ਼ਾਮ ਵੀ ਲਗਾਏ ਨੇ। ਉਹ ਅੱਗੇ ਲਿਖਦੇ ਹਨ ਕਿ ਸਾਡੇ ਜ਼ਿੰਮੇਵਾਰ ਧਾਰਮਿਕ ਰਹਿਬਰ ਅਜੇ ਵੋਟਾਂ ਕਰਕੇ ਰੁਝੇਵੇਂ ਵਿੱਚ ਹਨ ਕਿਉਂਕਿ ਉਹਨਾਂ ਦੇ ਅਸਲ ਫਰਜ਼ ਤਾਂ ਖਾਸ ਪਰਿਵਾਰ ਅਤੇ ਮੁੱਠੀ ਪਰ ਅਕਾਵਾਂ ਦੀ ਹੋਂਦ ਵਿੱਚ ਹਨ। ਭਾਈ ਸਬਰਾ ਅੱਗੇ ਲਿਖਦੇ ਹਨ ਕਿ ਨੁਮਾਇੰਦਿਆਂ ਦੀ ਪੂਰੀ ਪਲਟਣ ਭਰਤੀ ਕਰਨ ਤੋਂ ਬਾਅਦ ਹਰ ਵਾਰ ਕਿਸੇ ਸਧਾਰਨ ਸਿੱਖ ਨੂੰ ਹੀ ਦੱਸਣਾ ਪੈਂਦਾ ਹੈ ਕਿ ਠੇਕੇਦਾਰੋ ਨੋਟਿਸ ਲਵੋ, ਨਹੀਂ ਤਾਂ ਕੁੰਭਕਰਨ ਦੀ ਨੀਂਦ ਦੇ ਰਿਕਾਰਡ ਤੋੜਨ ਵਾਲੇ ਕੌਮ ਦੇ ਬਣੇ ਰਹਿਨੁਮਾ ਦੀਵਾਲੀ ਦੇ ਸੰਦੇਸ਼ ਦੇਣ ਜੋਗੇ ਰਹਿ ਜਾਣਗੇ। ਭਾਈ ਸਬਰਾ ਮੁਤਾਬਕ ਪੰਥਕ ਪਦਵੀਆਂ 'ਤੇ ਬੈਠੇ ਅਤੇ ਹਰ ਮੁੱਦੇ 'ਤੇ ਝਾੜੂ ਬਿਆਨ ਅਤੇ ਪੱਖ ਬਚਾਓ ਪੜਤਾਲੀਆਂ ਕਮੇਟੀਆਂ ਰਾਹੀਂ ਸਧਾਰਨ ਸਿੱਖਾਂ ਦਾ ਮੱਥਾ ਡੰਮਣਾ ਇਹ ਧਾਰਮਿਕ ਲਾਣਾ ਰੂਹ ਤੋਂ ਹੀ ਸਿੱਖ ਸਿਧਾਂਤ ਤੋਂ ਆਵਾਜ਼ਾਰ ਹੋਇਆ ਪਿਆ। ਭਾਈ ਸਬਰਾ ਆਪਣੀ ਇਸ ਲਿਖਤ ਜ਼ਰੀਏ ਜਵਾਬ ਉਹਨਾਂ ਨੂੰ ਵੀ ਦੇ ਰਹੇ ਨੇ ਜੋ ਗੁਰੂ ਕਾਲ ਦੇ ਫਿਲਮਾਂਕਣ ਨੂੰ ਧਰਮ ਦੇ ਪ੍ਰਚਾਰ ਦਾ ਅਹਿਮ ਜ਼ਰੀਆ ਦੱਸਦੇ ਹਨ। ਤਾਂ ਭਾਈ ਸਬਰਾ ਇਸ ਲਈ ਇਸਲਾਮ ਮੀਡੀਆ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਜਿੱਥੇ ਉਹਨਾਂ ਮੁਤਾਬਕ ਬਿਨਾਂ ਇਮਾਮ ਸਾਹਿਬ ਦੀ ਇੱਕ ਵੀ ਝਲਕ ਵਿਖਾਇਆ ਉਹ ਪੂਰਾ ਫਿਲਮਾਂਕਣ ਕਰ ਦਿੰਦੇ ਹਨ ਅਤੇ ਮੌਜੂਦਾ ਦੌਰ ਵਿੱਚ ਸਿੱਖ ਗੁਰੂਆਂ ਦੇ ਫਿਲਮਾਂਕਣ ਨੂੰ ਉਹਨਾਂ ਨੇ ਭਵਿੱਖ ਦੇ ਗੰਭੀਰ ਨਤੀਜੇ ਚਿਤਵਦਿਆਂ ਕੁਝ ਵੱਡੇ ਸੰਸੇ ਖੜ੍ਹੇ ਕੀਤੇ ਹਨ। ਉਹ ਸਿੱਖ ਧਰਮ ਨੂੰ ਬੁੱਤ ਪ੍ਰਸਤੀ ਵੱਲ ਵੱਧਦੇ ਕਲਪ ਰਹੇ ਹਨ ਅਤੇ ਇਸ ਫਿਲਮਾਂਕਣ ਦੀ ਖੇਡ ਦੇ ਪਾਜ ਉਦੇੜਦਿਆਂ ਜਿੱਥੇ ਉਹਨਾਂ ਨੇ ਪੂਰੀ ਸਿੱਖ ਕੌਮ ਨੂੰ ਆਪ ਸਹੇੜੇ ਜਾ ਰਹੇ ਇਸ ਖਤਰੇ ਤੋਂ ਖਬਰਦਾਰ ਕੀਤਾ ਹੈ, ਉੱਥੇ ਹੀ ਸਾਡੇ ਧਾਰਮਿਕ ਰਹਿਬਰਾਂ ਨੂੰ ਵੀ ਸੌਦਾ ਸਾਹਿਬ ਦਾ ਗੁਰੂ ਸਾਹਿਬ ਦਾ ਸਮਾਂਗ ਰਚਾਉਣ ਅਤੇ ਪੁਸ਼ਾਕ ਵਿਵਾਦ ਦਾ ਜ਼ਿਕਰ ਕਰਦਿਆਂ ਨੀਂਦ ਤਿਆਗਣ ਦੇ ਸ਼ਬਦੀ ਨਿਹੋਰੇ ਮਾਰੇ ਹਨ। ਫਿਲਮ ਦਾਸਤਾਨੇ ਮੀਰੀ ਪੀਰੀ ਨੂੰ ਵਿਨੋਦ ਲਾਜੇਵਰ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਇਸ ਦੇ ਸੰਗੀਤ ਦੀ ਘੁੰਡ ਚੁਕਾਈ ਵੀ ਕੀਤੀ ਗਈ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, USA ਦੀ PR ਵਾਸਤੇ ਇੱਕ ਲੀਗਲ ਤਰੀਕਾ ਅਵੇਲੇਬਲ ਹੈ। ਸਕਾਲਰਸ਼ਿਪਸ ਅਵੇਲੇਬਲ ਨੇ, ਸਟੂਡੈਂਟ ਲੋਨਸ ਅਵੇਲੇਬਲ ਨੇ, ਐਜੂਕੇਸ਼ਨ ਦੇ ਪਾਥਵੇਜ਼ ਅਵੇਲੇਬਲ ਨੇ। ਰਾਈਟ ਐਜੂਕੇਸ਼ਨ ਦੇ ਨਾਲ ਇਨ ਮੁਲਕਾਂ ਵਿੱਚ ਸਹੀ ਤਰੀਕੇ ਨਾਲ ਸੈਟਲ ਹੋਣਾ ਬਹੁਤ ਆਸਾਨ ਹੈ। PR ਵੀ ਕੋਈ ਔਖੀ ਨਹੀਂ ਜੇ ਠੀਕ ਕੋਰਸ ਚੁਣਿਆ ਹੋਵੇ, ਠੀਕ ਕੋਡ ਚੁਣਿਆ ਹੋਵੇ, ਠੀਕ ਨੌਕ ਚੁਣਿਆ ਹੋਵੇ ਔਰ ਬਹੁਤ ਥੋੜ੍ਹੇ ਪੈਸਿਆਂ ਦੀ ਇਨਵੈਸਟਮੈਂਟ 'ਤੇ ਵੀ ਔਂਟਰਪ੍ਰੀਨਿਓਰ ਵੀਜ਼ਾ ਇਨਵੈਸਟਮੈਂਟ ਪ੍ਰੋਗਰਾਮ ਵਿੱਚ ਤੁਸੀਂ ਆਸਟ੍ਰੇਲੀਆ ਔਰ ਕੈਨੇਡਾ ਔਰ ਈਵਨ UK ਦੇ ਅੰਦਰ ਬਹੁਤ ਸਹੀ ਤਰੀਕੇ ਨਾਲ ਸੈਟਲ ਹੋ ਸਕਦੇ ਹੋ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।